ਕਰਦੀ ਰੌਣਕ ਤੇ ਕਰਦੀ ਹੈ ਇੱਕ ਕੁੱਲ ਦੀ ਜੋ ਸ਼ੁਰੂ ਨਵੀਂ ਕਹਾਣੀ, ਜੋ ਹੈ ਸਮਾਜ ਦੀ ਲਿਖਦੀ ਨਵੀਂ ਇਬਾਰਤ, ਕਹਿੰਦੇ ਉਸਨੂੰ ਧੀ ਧਿਆਣੀ, ਜੋ ਕੁੱਲ ਸਮਾਜ ਤੇ ਦੇਸ਼ ਦਾ ਸਰਮਾਇਆ ਨੇ, ਜੋ ਇਸ ਕੁਦਰਤ ਦਾ ਇਸ ਧਰਤੀ ਨੂੰ ਦਿੱਤਾ ਵਡਮੁੱਲਾ ਤੇ ਅਨਮੁੱਲਾ ਉਪਹਾਰ ਏ, ਉਹਨਾਂ ਸਾਰੀਆਂ ਧੀਆਂ ਦੇ ਪੈਰਾਂ ਦੇ ਵਿੱਚ ਤੁਹਾਡਾ ਆਪਣਾ ਗੁਰਮਿੱਤੀਮਾਨ ਨਤਮਸਤਕ ਹੁੰਦਾ ਏ ਤੇ ਸਾਰਿਆਂ ਨੂੰ ਸਲਾਮ ਕਰਦਾ ਏ। ਸਿਆਣੇ ਕਹਿੰਦੇ ਨੇ ਕਿ ਧੀਆਂ ਘਰ ਦੀਆਂ ਨੀਹਾਂ ਹੁੰਦੀਆਂ ਨੇ, ਇਹਨਾਂ ਨੂੰ ਜਿੰਨਾ ਪਿਆਰ, ਸਤਿਕਾਰ, ਦੁਲਾਰ ਤੇ ਅੱਗੇ ਵਧਣ ਦਾ ਮੌਕਾ ਦਿੱਤਾ ਜਾਵੇ, ਇਹ ਸਮਾਜ ਉਨਾ ਹੀ ਤਰੱਕੀ ਦੀ ਰਾਹ ਤੇ ਅੱਗੇ ਵੱਧਦਾ ਏ। ਪਰ ਇਸ ਸਮਾਜ ਦੇ ਵਿੱਚ ਕੁਝ ਛੋਟੀ ਸੋਚ ਦੇ ਲੋਕ ਵੀ ਹੁੰਦੇ ਨੇ, ਜੋ ਧੀ ਦੇ ਨਾਲੋਂ ਪੁੱਤਰ ਨੂੰ ਜ਼ਿਆਦਾ ਤਰਜੀਹ ਦਿੰਦੇ ਨੇ ਤੇ ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਜਾਂ ਤਾਂ ਧੀ ਨਾਲ ਵਿਤਕਰਾ ਕੀਤਾ ਜਾਂਦਾ ਹੈ ਜਾਂ ਫਿਰ ਉਹਨਾਂ ਨੂੰ ਇਸ ਸੰਸਾਰ ਦੇ ਵਿੱਚ ਆਉਣ ਤੋਂ ਪਹਿਲਾਂ ਹੀ ਕੁੱਖ 'ਚ ਮਾਰ ਦਿੱਤਾ ਜਾਂਦਾ ਹੈ। ਇਸ ਸੰਸਾਰ ਦੇ ਵਿੱਚ ਆਉਣ ਦੇ ਉਹਨਾਂ ਦੇ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਨੇ। ਪਰ ਖਰੜ ਸ਼ਹਿਰ ਵਿੱਚ ਇੱਕ ਐਸੀ ਜਗ੍ਹਾ ਹੈ ਜਿੱਥੋਂ ਦੇ ਬੂਹੇ ਧੀਆਂ ਲਈ ਬੰਦ ਨਹੀਂ ਹੁੰਦੇ, ਪਰ ਉਹਨਾਂ ਦੇ ਸਵਾਗਤ ਲਈ ਹਮੇਸ਼ਾ ਖੁੱਲ੍ਹੇ ਰਹਿੰਦੇ ਨੇ। ਇਸ ਪਾਕ ਪਵਿੱਤ ਜਗ੍ਹਾ ਦਾ ਨਾਮ ਹੈ ਜਿੱਥੇ ਸੱਚੀਆਂ ਸੁੱਚੀਆਂ ਅਤੇ ਪਾਕ ਰੂਹਾਂ ਵਾਸ ਕਰਦੀਆਂ ਨੇ, ਜੋਤੀ ਸਰੂਪ ਕੰਨਿਆ ਆਸਰਾ ਸੁਸਾਇਟੀ। ਇਸ ਵਕਤ ਮੇਰੇ ਨਾਲ ਮੌਜੂਦ ਨੇ ਜੋਤੀ ਸਰੂਪ ਕੰਨਿਆ ਆਸਰਾ ਸੁਸਾਇਟੀ ਦੇ ਸੰਚਾਲਕ ਡਾਕਟਰ ਹਰਮਿੰਦਰ ਸਿੰਘ। ਆਓ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਅਤੇ ਜਾਣਦੇ ਹਾਂ ਕਿ ਇਸ ਜੋਤੀ ਸਰੂਪ ਕੰਨਿਆ ਆਸਰਾ ਸੁਸਾਇਟੀ ਦੇ ਬਾਰੇ ਹੋਰ ਉਹ ਕੀ ਦੱਸਣਾ ਚਾਹੁੰਦੇ ਨੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ, ਪੀ ਟੀ ਸੀ ਦੇ ਵਿਹੜੇ ਤੁਹਾਡਾ ਸਵਾਗਤ ਹੈ ਜੀ, ਬਹੁਤ ਬਹੁਤ। ਅਤੇ ਅੱਜ ਅਸੀਂ ਧੀਆਂ ਦੀ ਲੋਹੜੀ ਮਨਾ ਰਹੇ ਹਾਂ ਪੀ ਟੀ ਸੀ ਦੇ ਨਾਲ, ਅਤੇ ਥੋੜ੍ਹਾ ਜਿਹਾ ਸਾਨੂੰ ਦੱਸੋ ਇਸ ਜੋਤੀ ਸਰੂਪ ਕੰਨਿਆ ਆਸਰਾ ਸੁਸਾਇਟੀ ਦੇ ਬਾਰੇ। ਸਰ, ਮੈਂ ਤੋਂ ਜੋਤੀ ਸਰੂਪ ਕੰਨਿਆ ਆਸਰਾ ਪਰਮਾਤਮਾ ਨੇ 1998 'ਚ ਸ਼ੁਰੂ ਕਰਵਾਇਆ ਸੀ। ਉਸ ਵੇਲੇ ਮੇਰੇ ਕੋਲ ਸਿਰਫ 4 ਲੜਕੀਆਂ ਸੀ ਜਦੋਂ ਮੈਂ ਸਟਾਰਟ ਕੀਤਾ, ਇੱਕ ਕਿਰਾਏ ਦੀ ਬਿਲਡਿੰਗ 'ਤੇ ਸਟਾਰਟ ਕੀਤਾ ਸੀ। ਠੀਕ ਹੈ। ਅੱਜ ਮੇਰੇ ਕੋਲ ਮੇਰੀਆਂ ਧੀਆਂ 120 ਧੀਆਂ ਹਨ, ਅਤੇ ਸਾਰੀ ਮੇਰੀਆਂ ਧੀਆਂ ਸਕੂਲ ਜਾਂਦੀਆਂ, ਕਾਲਜ ਜਾਂਦੀਆਂ, ਹਾਇਰ ਕਲਾਸਿਸ ਜਿਸ LLB BTECH ਵਗੈਰਾ ਕਰ ਰਹੀਆਂ। ਅਤੇ ਹੁਣ ਤੱਕ ਅਸੀਂ 7 ਧੀਆਂ ਨੂੰ ਵਿਆਹ ਚੁੱਕੇ ਹਾਂ ਜਿਹੜੀਆਂ ਆਪਣੇ ਘਰਾਂ ਦੇ ਵਿੱਚ ਸੈੱਟ ਨੇ ਸਾਰੀਆਂ। ਠੀਕ ਹੈ। 30 ਸਾਡੀਆਂ ਬੱਚੀਆਂ ਜਿਹੜੀਆਂ ਜੋਬ ਕਰਦੀਆਂ ਅਲੱਗ ਅਲੱਗ ਮਹਿਕਮੇ ਦੇ ਵਿੱਚ। ਅਤੇ ਇਹ ਜਿਹੜਾ ਜੋਤੀ ਸਰੂਪ ਕੰਨਿਆ ਆਸ਼ਰਮ ਹੈਗਾ, ਇਹ ਮੈਂ ਚਲਾਇਆ ਸੀਗਾ ਕਿ ਇੱਕ ਅਭਿਆਨ ਸੀ ਬੇਟੀ ਬਚਾਓ ਬੇਟੀ ਪੜ੍ਹਾਓ, ਅਤੇ ਸਾਡਾ ਇਹ ਤੀਜਾ ਵੀ ਹੈ ਸਾਡਾ, ਬੇਟੀ ਬਚਾਓ ਬੇਟੀ ਪੜ੍ਹਾਓ ਅਤੇ ਬੇਟੀ ਵਸਾਓ। ਵਾਹ ਜੀ ਵਾਹ। ਹਾਂ, ਕਿਆ ਬਾਤ। ਅਤੇ ਮੇਰੀ ਟੀਮ ਦੇ ਵਿੱਚ ਇਸ ਟਾਈਮ ਅਸੀਂ 6 ਹੈਗੇ ਹਾਂ ਇੱਥੇ ਜਿਹੜੇ ਕੰਟਰੋਲ ਕਰਦੇ ਨੇ, ਕੇਅਰ ਟੇਕਰ ਨੇ, ਮੈਂ ਹੈਗਾ, ਜਿਹੜਾ ਅਸੀਂ 5-6 ਸਾਡੇ ਨਾਲ ਇਕੱਠੇ ਹੋ ਕੇ ਇੱਥੇ ਦਾ ਖਿਆਲ ਰੱਖਦੇ ਹਾਂ ਸਾਰਾ। ਠੀਕ ਹੈ ਸਰ। ਇੱਕ ਮੇਰੇ ਜ਼ਿਹਨ ਦੇ ਵਿੱਚ ਇੱਕ ਹੋਰ ਪ੍ਰਸ਼ਨ ਆ ਰਿਹਾ ਕਿ ਇਹ ਸਾਰਿਆਂ ਦੀ ਦੇਖਰੇਖ ਕਰਨ ਲਈ ਸਾਰੇ ਬੱਚਿਆਂ ਦੀ, ਇਹਦੇ ਲਈ ਖਰਚਾ ਸਰ ਕਿੱਥੋਂ ਆਉਂਦਾ ਆਪਣੇ ਕੋਲ? ਸਰ, ਇਸ ਤਰ੍ਹਾਂ ਕਿ ਸਾਡੇ ਕੋਲ ਮੰਥਲੀ ਡੋਨਰ ਹੈਗੇ ਜਿਹੜੇ ਪਬਲਿਕ ਡੋਨੇਸ਼ਨ ਹੈ ਸਾਡੇ ਕੋਲ, ਸਾਰੀ ਪਬਲਿਕ ਡੋਨੇਸ਼ਨ ਦੇ ਨਾਲ ਅਸੀਂ ਸਾਰਾ ਕੁਛ ਕਰ ਰਹੇ ਹਾਂ, ਜਿਹੜਾ ਕੁਛ ਇੱਥੇ ਰਹਿਣ ਦਾ, ਬਿਲਡਿੰਗ ਮੈਂਟੇਨੈਂਸ ਦਾ ਜਾਂ ਕੁਛ ਹੋਰ ਹੈ, ਉਹ ਸਾਰਾ ਪਬਲਿਕ ਡੋਨੇਸ਼ਨ ਨਾਲ ਚੱਲ ਰਿਹਾ। ਠੀਕ ਹੈ। ਤੁਸੀਂ ਦੱਸਿਆ ਕਿ 7 ਕੁੜੀਆਂ ਆਪਾਂ ਵਿਆਹ ਚੁੱਕੇ ਹਾਂ ਆਲਰੇਡੀ, ਅਤੇ ਉਹ ਫਿਰ ਕਿਹਦੇ ਰਾਹੀਂ ਇਹ ਸਾਰਾ ਕੀਤਾ ਗਿਆ? ਵਿਆਹ ਵਗੈਰਾ ਕੋਈ ਸਪੈਸ਼ਲ ਸੁਸਾਇਟੀ ਤੁਸੀਂ ਬਣਾਈ ਹੋਈ ਉਹਦੇ ਲਈ ਕਿ ਵਿਆਹ ਦਾ ਜਿਹੜਾ ਖਰਚਾ ਚੱਕਦੀ ਆ? ਉਹ ਸਾਰੀ ਪਬਲਿਕ ਚੁੱਕਦੀ ਹੈ ਜੀ, ਅਸੀਂ ਪਬਲਿਕ ਕੋਲ ਅਨਾਊਂਸ ਕਰਦੇ ਨੇ ਵੀ ਅਸੀਂ ਬੱਚੇ ਵਿਆਹਣੇ ਹੈਗੇ। ਠੀਕ ਹੈ ਜੀ। ਅਤੇ ਫਿਰ ਲੋਕ ਜੋ ਸਮਾਨ ਸਾਨੂੰ ਦਿੰਦੇ ਆ ਅਸੀਂ ਵਿਆਹ ਦੇ ਮੌਕੇ ਉਹਨਾਂ ਨੂੰ ਦੇ ਦਿੰਦੇ ਸਾਰਾ ਕੁਛ। ਅਤੇ ਸਾਰੀਆਂ ਬੱਚਿਆਂ ਦੀ ਪੜ੍ਹਾਈ ਦੀ ਵਿਵਸਥਾ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਜੀ? ਬੱਚੇ ਸਾਡੇ 5-6 ਸਕੂਲਾਂ ਦੇ ਵਿੱਚ ਜਾਂਦੇ ਆ, ਅਤੇ ਉਹ ਸਕੂਲਾਂ ਵਾਲੇ ਸਾਡੇ ਕਨਸੈਸ਼ਨ ਦਿੰਦੇ, ਬੱਚਿਆਂ ਦੀ ਫੀਸ ਨਹੀਂ ਲੈਂਦੇ। ਠੀਕ ਹੈ। ਕੁਛ ਕਾਲਜ 'ਚ ਜਾਂਦੇ ਹੈਗੇ, ਕਾਲਜ ਵਾਲੇ ਹਾਫ ਫੀਸ ਲੈਂਦੇ ਆ। ਠੀਕ ਹੈ। ਅਤੇ ਸਾਡਾ ਏਮ ਇਹੀ ਹੈ ਕਿ ਅਸੀਂ ਮੈਕਸੀਮਮ ਬੱਚੇ ਨੂੰ ਪੜ੍ਹਾਈਏ ਅਤੇ ਇਹਨਾਂ ਜੋਬ ਲੱਗਣ, ਤਾਂ ਕਿ ਕੱਲ੍ਹ ਨੂੰ ਇਹ ਡਿਪੈਂਡ ਨਾ ਹੋਣ ਕਿਸੇ 'ਤੇ ਕਿ ਕੱਲ੍ਹ ਨੂੰ ਬਾਈ ਚਾਂਸ ਕੋਈ ਮਿਸਹੈਪਨਿੰਗ ਬਾਈ ਚਾਂਸ ਹੋ ਜਾਂਦੀ ਕਿਸੇ ਬੱਚੇ ਨਾਲ, ਉਹ ਆਪਣਾ ਜਿਹੜਾ ਬੱਚਿਆਂ ਦਾ ਪਾਲਣ ਪੋਸ਼ਣ ਅੱਗੇ ਨੂੰ ਆਪ ਕਰ ਸਕੇ ਸਾਰੇ। ਠੀਕ ਹੈ। ਬਹੁਤ ਹੀ ਚੰਗੀ ਸੋਚ ਜੀ ਡਾਕਟਰ ਹਰਮਿੰਦਰ ਸਿੰਘ ਜੀ ਦੀ, ਅਤੇ ਇਹਨਾਂ ਨੇ ਬਹੁਤ ਕੁਝ ਦੱਸਿਆ ਸਾਨੂੰ ਇਸ ਜੋਤੀ ਸਰੂਪ ਕੰਨਿਆ ਆਸਰਾ ਸੁਸਾਇਟੀ ਦੇ ਬਾਰੇ, ਅਤੇ ਬੜਾ ਚੰਗਾ ਲੱਗਿਆ ਹਰਮਿੰਦਰ ਜੀ ਤੁਹਾਡੇ ਨਾਲ ਜਾਣਕਾਰੀ ਕਰਕੇ ਅਤੇ ਤੁਹਾਡੇ ਨਾਲ ਮਿਲ ਕੇ ਜੀ। ਸ਼ੁਕਰੀਆ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਓ ਆਪਾਂ ਦੇਖਦੇ ਹਾਂ ਇਸ ਸੁਸਾਇਟੀ ਨੂੰ ਅਤੇ ਵੇਖਦੇ ਹਾਂ ਕਿ ਇੱਥੇ ਬੱਚਿਆਂ ਕਿਸ ਤਰ੍ਹਾਂ ਰਹਿੰਦੀਆਂ ਨੇ ਅਤੇ ਕਿਸ ਤਰ੍ਹਾਂ ਉਹਨਾਂ ਦੀ ਦੇਖਰੇਖ ਕੀਤੀ ਜਾਂਦੀ ਹੈ ਅਤੇ ਕਿਸ ਤਰ੍ਹਾਂ ਉਹਨਾਂ ਦੀ ਪੜ੍ਹਾਈ ਦਾ ਧਿਆਨ ਰੱਖਿਆ ਜਾਂਦਾ ਹੈ। ਮੈਂ ਇੱਥੇ ਇੱਕ ਐਜ਼ ਅ ਕੰਪਿਊਟਰ ਟ੍ਰੇਨਰ ਇਹਨਾਂ ਨੂੰ ਪੜ੍ਹਾ ਰਹੀ ਹਾਂ, ਅਤੇ ਐਕਸਪੀਰੀਅੰਸ ਬਹੁਤ ਵਧੀਆ ਕਿਉਂਕਿ ਇਹ ਬੱਚੇ ਜਿਹੜੇ ਇੰਨਾ ਕੁਛ ਸਫ਼ਰ ਕਰ ਰਹੇ ਹੈ ਇੱਥੇ, ਉਹਨਾਂ ਨੂੰ ਜਿਨ੍ਹਾਂ ਨੂੰ ਨਹੀਂ ਪੜ੍ਹਾਈ ਦੇ ਬਾਰੇ ਕੁਛ ਜ਼ਿਆਦਾ ਨੌਲੇਜ ਨਹੀਂ ਮਿਲ ਪਾਉਂਦੀ, ਕਦੀ ਕਦੀ ਇਹ ਸਕੂਲ ਦੇ ਵਿੱਚ ਵੀ ਚੰਗੀ ਤਰ੍ਹਾਂ ਕੰਪਿਊਟਰ ਯੂਜ਼ ਨਹੀਂ ਕਰ ਪਾਉਂਦੇ, ਤਾਂ ਇਹਨਾਂ ਨੂੰ ਇੱਕ ਵਧੀਆ ਟ੍ਰੇਨਿੰਗ ਇੱਥੇ ਦਿੱਤੀ ਜਾਂਦੀ ਹੈ ਸੋ ਦੈਟ ਇਹ ਬਾਹਰ ਜਾ ਕੇ ਇੱਥੋਂ ਇੱਕ ਵਧੀਆ ਜਗ੍ਹਾ ਵਧੀਆ ਪਲੇਟਫਾਰਮ 'ਤੇ ਸੈਟਲ ਹੋ ਸਕਣ,
ਅਤੇ ਇੱਥੇ ਕੰਪਿਊਟਰਸ ਦੇ ਬਿਲਕੁਲ ਬੇਸਿਕ ਤੋਂ ਲੈ ਕੇ ਇਹਨਾਂ ਨੂੰ ਪ੍ਰੋਗਰਾਮਿੰਗ ਤੱਕ ਸਾਰੀ ਨੌਲੇਜ ਦਿੱਤੀ ਜਾਂਦੀ ਹੈ। ਸਵੇਰੇ ਸਾਰੇ ਬੱਚੇ ਸਕੂਲ ਚਲੇ ਜਾਂਦੇ ਨੇ, ਉਸ ਤੋਂ ਬਾਅਦ ਆ ਕੇ ਸਾਡੀ ਇਹ ਹੈਲਪ ਕਰਦੇ ਨੇ, ਖਾਣੇ ਦੇ ਵਿੱਚ ਹੈਲਪ ਕਰਦੇ ਨੇ। ਬੱਚੇ ਜਿਹੜੇ ਛੋਟੇ ਹੈਗੇ ਉਹਨਾਂ ਨੂੰ ਵੀ ਦੇਖਦੇ ਨੇ, ਉਹਨਾਂ ਨੂੰ ਮਤਲਬ ਕਿ ਸਟੱਡੀ ਵਗੈਰਾ ਕਰਵਾਉਂਦੇ ਨੇ, ਆ ਕੇ ਆਪ ਵੀ ਕਰਦੇ ਨੇ ਔਰ ਛੋਟੇ ਬੱਚਿਆਂ ਨੂੰ ਵੀ ਕਰਵਾਉਂਦੇ ਨੇ। ਥੋੜ੍ਹਾ ਸਾਨੂੰ ਕਿਚਨ ਬਾਰੇ ਦੱਸ ਸਕਦੇ, ਕਿੱਦਾਂ ਮੈਨੇਜ ਕਰਦੇ ਹੋ ਕਿਚਨ, ਕਿੰਨੇ ਜਣਿਆਂ ਦਾ ਖਾਣਾ ਬਣਦਾ, ਕਿਹੜੇ ਕਿਹੜੇ ਲੋਕ ਖਾਣਾ ਬਣਾਉਂਦੇ ਆ? ਇਸ ਤਰ੍ਹਾਂ ਕਿ ਤੁਹਾਨੂੰ ਜਿਸ ਤਰ੍ਹਾਂ ਪਹਿਲੇ ਦੱਸਿਆ ਹੋਇਆ ਕਿ ਅਸੀਂ ਸਾਰੇ ਹੀ ਵੱਡੀਆਂ ਲੜਕੀਆਂ ਕਾਲਜ ਜਿਹੜੇ ਜਾਂਦੇ ਹੈਗੇ ਨੇ, ਅਸੀਂ 3 ਲੇਡੀਜ਼ ਹੈਗੀਆਂ ਨੇ, ਅਸੀਂ ਸਾਰੇ ਰਲ ਮਿਲ ਕੇ ਮਤਲਬ ਕਿ ਬੱਚਿਆਂ ਖਾਣਾ ਬਣਾਉਂਦੇ ਹੈਗੇ। ਜਿਸ ਤਰ੍ਹਾਂ ਕਿਸੇ ਨੇ ਸਬਜ਼ੀ ਬਣਾ ਲਈ, ਕਿਸੇ ਨੇ ਆਟਾ ਗੁੰਨ ਲਿਆ, ਕਿਸੇ ਨੇ ਮਤਲਬ ਕਿ ਰਲ ਮਿਲ ਕੇ ਚਪਾਤੀ ਬਣਾ ਲਈ, ਇਸ ਤਰ੍ਹਾਂ ਸਾਰੇ ਰਲ ਮਿਲ ਕੇ ਕਰਦੇ ਨੇ। ਇਕੱਲਾ ਬੰਦਾ ਕੋਈ ਵੀ ਨਹੀਂ ਕਰਦਾ ਹੈਗਾ, ਸਾਰੇ ਰਲ ਮਿਲ ਕੇ ਹੀ ਕਰਦੇ ਆ। ਪੜ੍ਹਾ ਕੇ ਬਹੁਤ ਖੁਸ਼ੀ ਮਿਲਦੀ ਹੈ, ਵੈਸੇ ਮੈਂ ਐਜ਼ ਅ ਟੀਚਰ ਹੈਗੀ ਹਾਂ, ਲੇਕਿਨ ਜੋ ਇਹਨਾਂ ਬੱਚਿਆਂ ਨੂੰ ਪੜ੍ਹਾ ਕੇ ਇੰਟਰਨਲੀ ਮੈਨੂੰ ਖੁਸ਼ੀ ਮਿਲਦੀ, ਸ਼ਾਇਦ ਉਹ ਕਿਤੇ ਵੀ ਮੈਂ ਹੋਰ ਵੀ ਵਰਕ ਕਰਦੀ ਹੁੰਦੀ, ਗਵਰਨਮੈਂਟ ਜੋਬ ਵੀ ਕਰਦੀ ਹਾਂ ਸ਼ਾਇਦ, ਉਦੋਂ ਵੀ ਨਾ ਮਿਲੇ ਸਰ ਜਿਵੇਂ ਮੈਨੂੰ ਇਹਨਾਂ ਨੂੰ ਪੜ੍ਹਾ ਕੇ ਮਿਲਦੀ ਹੈ, ਅਤੇ ਇੰਟਰਨੈਟ ਨਾਲ ਇੰਨਾ ਅਟਰੈਕਸ਼ਨ ਹੋ ਚੁੱਕਿਆ ਹੈਗਾ। ਸਾਰੀਆਂ ਧੀਆਂ ਨੂੰ ਇਕੱਠੇ ਦੇਖ ਕੇ ਬਹੁਤ ਵਧੀਆ ਲੱਗ ਰਿਹਾ, ਆਮ ਹੈਪੀ ਅਤੇ ਥੈਂਕ ਯੂ PTC ਦਾ ਕਿ ਤੁਸੀਂ ਮੈਨੂੰ ਬੁਲਾਇਆ ਇੱਥੇ। ਥੈਂਕ ਯੂ ਸੋ ਮਚ ਭਾਅ ਜੀ ਕਿ ਤੁਸੀਂ ਇੱਥੇ ਸ਼ਿਰਕਤ ਕੀਤੀ ਕਿ ਇੰਨੀ ਸਪੈਸ਼ਲ ਲੋਹੜੀ ਮਨਾਉਣ ਦੇ ਲਈ, ਅਤੇ ਇਸ ਸਾਲ ਇਹ ਲੋਹੜੀ ਬੜੀ ਹੀ ਸਪੈਸ਼ਲ ਰਹਿਣ ਵਾਲੀ ਹੈ। ਇਹਨਾਂ ਧੀਆਂ ਦੇ ਨਾਲ ਆਪਾਂ ਲੋਹੜੀ ਸੈਲੀਬ੍ਰੇਟ ਕਰਾਂਗੇ, ਬਹੁਤ ਸਾਰੇ ਗੀਤ ਗਾਵਾਂਗੇ ਅਤੇ ਨਾਲ ਹੀ ਨਾਲ ਨੱਚਾਂਗੇ ਗਾਵਾਂਗੇ, ਭੰਗੜੇ ਪਾਵਾਂਗੇ ਅਤੇ ਨਾਲੇ ਗਿੱਧਾ ਵੀ ਪਾਵਾਂਗੇ। ਪਾਓਗੇ ਜੀ ਸਾਰੇ ਨਾਲ ਨਾਲ ਗਿੱਧਾ? ਕਿਆ ਬਾਤ ਹੈ ਜੀ। ਅਤੇ ਬੱਬਲ ਭਾਅ ਜੀ ਤੋਂ ਫਿਰ ਕਰੀਏ ਸ਼ੁਰੂਆਤ ਇੱਕ ਗੀਤ ਨਾਲ। ਭਾਅ ਜੀ ਹੋ ਜਾਏ ਇੱਕ ਚੱਕਵਾਂ ਜਿਹਾ ਗੀਤ। ਮੈਥ ਦੀ ਕਿਤਾਬ ਵਿੱਚ ਰੱਖ ਫੋਟੋ ਮਿੱਤਰਾਂ ਦੀ, ਲਾਉਂਦੀ ਫਾਰਮੂਲੇ ਜੇ ਪਿਆਰ ਦੇ, ਤੁਸੀਂ ਗਾਲਦੇ ਨੀ ਗੱਲ ਨਿਗਾ ਮਾਰੋ ਕੁੜੀ ਵੱਲ, ਸੂਟ ਗੂੜੇ ਹੋਈ ਜਾਂਦੇ ਮੁਟਿਆਰ ਦੇ, ਕਹਿੰਦੀ ਤੇਰੇ ਨਾਲ ਸੰਜੋਗ ਵੇ ਮੈਂ ਏਦਾਂ ਜੋੜਨੇ ਜਿਵੇਂ ਉਖੜੀ ਪਲਾਹੀ ਫੈਵੀ ਕੋਲ ਜੋੜਦਾ, ਭਾਬੀ ਤੇਰੀ ਭੈਣ ਮਿਸ ਕਲਾਂ ਮਾਰਦੀ, ਭਾਬੀ ਤੇਰੀ ਭੈਣ ਮਿਸ ਕਲਾਂ ਮਾਰਦੀ, ਉਹ ਪਿੱਛੋਂ ਕੱਢੀ ਨਾ ਕਸੂਰ ਫੇਰ ਵੈਲੀ ਦਿਓਰ ਦਾ, ਭਾਬੀ ਤੇਰੀ ਭੈਣ ਮਿਸ ਕਲਾਂ ਮਾਰਦੀ, ਉਹ ਪਿੱਛੋਂ ਕੱਢੀ ਨਾ ਕਸੂਰ ਫੇਰ ਵੈਲੀ ਦਿਓਰ ਦਾ। ਥੈਂਕ ਯੂ ਜੀ। ਚੱਕ ਦੇ ਫੱਟੇ ਇੱਕ ਵਾਰ ਜ਼ੋਰ ਦੀ ਕਹਿ ਦਿਓ ਬੱਬਲ ਭਾਜੀ ਲਈ, ਜ਼ੋਰਦਾਰ ਤਾਲੀਆਂ। ਕਿਆ ਬਾਤ ਹੈ ਜੀ, ਲੋਹੜੀ ਦਾ ਸੈਲੀਬ੍ਰੇਸ਼ਨ ਚੱਲ ਰਿਹਾ ਅਤੇ ਚੱਲ ਰਹੀ ਹੈ ਖੂਬ ਮਸਤੀ ਅਤੇ ਧਮਾਲ। PTC ਦੀ ਐਸੇ ਧੀਆਂ ਨਾਲ ਸਪੈਸ਼ਲ ਲੋਹੜੀ ਦੇ ਵਿੱਚ ਸ਼ਿਰਕਤ ਕਰਨਗੇ ਬਹੁਤ ਹੀ ਜਲਦ ਇੱਕ ਹੋਰ ਸਿਤਾਰੇ ਜਿਨ੍ਹਾਂ ਦਾ ਨਾਮ ਹੈ ਕੌਰਬੀ, ਉਹਨਾਂ ਨਾਲ ਵੀ ਤੁਹਾਡੀ ਮੁਲਾਕਾਤ ਕਰਾਵਾਂਗੇ ਅਤੇ ਉਹਨਾਂ ਨਾਲ ਵੀ ਸੁਣਾਂਗੇ ਢੇਰ ਸਾਰੇ ਗੀਤ। ਅਤੇ ਬੱਬਲ ਭਾਅ ਜੀ ਹੋਰ ਕੁਝ ਸਪੈਸ਼ਲ ਆਪਾਂ ਕਹਿਣਾ ਚਾਹੁੰਦੇ ਹਾਂ ਅੱਜ ਦੀ ਲੋਹੜੀ ਬਾਰੇ? ਨਹੀਂ, ਸਭ ਤੋਂ ਚੰਗਾ ਮੈਸੇਜ ਤਾਂ ਮੈਨੂੰ ਲੱਗਦਾ ਕਿ ਇਹੀ ਹੈ ਕਿ ਜਿੱਦਾਂ ਮੁੰਡੇ ਦੀ ਖੁਸ਼ੀ ਦੇ ਵਿੱਚ ਸਾਰੇ ਲੋਹੜੀ ਮਨਾਉਂਦੇ ਹਨ, ਪਰ
ਮਤਲਬ ਆਪਣਾ ਰਿਵਾਜ਼ ਹੈ ਪਹਿਲਾਂ ਤੋਂ ਕਿ ਜਦੋਂ ਧੀ ਜੰਮਦੀ ਹੈ ਤਾਂ ਉਹਨੂੰ ਸੈਲੀਬ੍ਰੇਟ ਨਹੀਂ ਕੀਤਾ ਜਾਂਦਾ ਹੈਗਾ, ਹੈ ਨਾ? ਸੋ ਮੈਨੂੰ ਲੱਗਦਾ ਕਿ ਇਹ ਰਿਵਾਜ਼ ਹੈ ਜਿਹੜੇ ਹੌਲੀ ਹੌਲੀ ਚੇਂਜ ਵੀ ਹੋ ਰਿਹਾ, ਜਿਹੜੇ ਲੋਕੀ ਅਗਾਂਹ ਵਧੂ ਸੋਚ ਆ ਜਿਹਨਾਂ ਦੇ, ਜਿਹੜੇ ਪੜ੍ਹੇ ਲਿਖੇ ਆ ਉਹ ਹੁਣ ਸੈਲੀਬ੍ਰੇਟ ਕਰ ਰਹੇ ਆ, ਅਤੇ ਮੈਨੂੰ ਲੱਗਦਾ ਕਿ ਬੱਚੇ ਰੱਬ ਦਾ ਰੂਪ ਹੁੰਦੇ ਆ, ਚਾਹੇ ਧੀ ਹੋਵੇ ਚਾਹੇ ਬੇਟਾ ਹੋਵੇ, ਹੈ ਨਾ? ਸਾਰਿਆਂ ਦਾ ਸੈਲੀਬ੍ਰੇਟ ਕਰਨਾ ਚਾਹੀਦਾ, ਸੋ ਜਿਨ੍ਹਾਂ ਦੇ ਧੀਆਂ ਹੁੰਦੀਆਂ ਉਹਨਾਂ ਨੂੰ ਵੀ ਲੋਹੜੀ ਮਨਾਉਣੀ ਚਾਹੀਦੀ ਹੈ, ਅਤੇ ਉਹਨਾਂ ਸਾਰਿਆਂ ਨੂੰ ਹੈਪੀ ਲੋਹੜੀ ਮੇਰੇ ਵੱਲੋਂ ਜੀ। ਤੁਹਾਨੂੰ ਵੀ ਸਾਡੇ ਵੱਲੋਂ ਅਤੇ ਸਾਰੀਆਂ ਧੀਆਂ ਵੱਲੋਂ ਬਹੁਤ ਬਹੁਤ ਲੋਹੜੀ ਦੀਆਂ ਮੁਬਾਰਕਾਂ ਜੀ। ਬੱਬਲ ਭਾਜੀ, ਬਚਪਨ ਤੋਂ ਹੀ ਆਪਾਂ ਲੋਹੜੀ ਮਨਾ ਰਹੇ ਹਾਂ, ਪੰਜਾਬੀ ਹੁੰਦੇ ਹਾਂ ਅਤੇ ਆਪਾਂ ਪੂਰਾ ਇੰਜੋਏ ਕਰਦੇ ਹਾਂ ਬਚਪਨ ਤੋਂ ਹੀ, ਅਤੇ ਫਿਰ ਬਚਪਨ ਦੀ ਕੋਈ ਯਾਦ ਲੋਹੜੀ ਨਾਲ ਜੁੜੀ ਹੋਈ ਸਾਂਝਾ ਕਰੋਗੇ? ਲੋਹੜੀ ਨਾਲ ਮੈਨੂੰ ਲੱਗਦਾ ਸਾਰਿਆਂ ਦੀਆਂ ਸੇਮ ਜਿਹੀਆਂ ਯਾਦਾਂ ਹੁੰਦੀਆਂ ਕਿ ਉਹੀ ਘਰਦਿਆਂ ਨਾਲ ਬੈਠ ਕੇ ਧੂਣੀ ਲਾਉਣੀ ਆ। ਸਾਡੇ ਮੁਹੱਲੇ ਦੇ ਵਿੱਚ ਅਸੀਂ ਸਾਰੇ ਇਕੱਠੇ ਹੋ ਕੇ ਧੂਣੀ ਲਾ ਲੈਂਦੇ ਸੀਗੇ, ਅਤੇ ਲੋਹੜੀ ਵਾਲੇ ਦਿਨ ਸਾਡੇ ਸਮਰਾਲੇ ਪਤੰਗ ਬਹੁਤ ਚੜਾਉਂਦੇ, ਮੈਨੂੰ ਬਾਕੀ ਸ਼ਹਿਰਾਂ ਦਾ ਨਹੀਂ ਪਤਾ, ਪਰ ਜਿੰਨੇ ਬਸੰਤ ਨੂੰ ਪਤੰਗ ਚੜ੍ਹਦੇ ਤਾਂ ਲੋਹੜੀ ਨੂੰ ਵੀ ਮਤਲਬ ਸੇਮ ਕੋਠੇ ਦੇ ਉੱਤੇ ਡੀਜੇ ਲਾ ਕੇ, ਹੈ ਨਾ, ਅਤੇ ਸਾਰੇ ਯਾਰ ਦੋਸਤ ਇਕੱਠੇ ਹੋ ਕੇ ਪਤੰਗ ਚੜਾਉਂਦੇ ਹਾਂ, ਫਿਰ ਰਾਤ ਨੂੰ ਫੈਮਿਲੀ ਨਾਲ ਬੈਠ ਕੇ ਕਿ ਇਸਰ ਆਏ ਦਲਿੱਦਰ ਜਾਏ ਦਲਿੱਦਰ ਦੀ ਰੜ ਚੁੱਲ੍ਹੇ ਪਾਏ, ਹੈ ਨਾ? ਸੋ ਉਹ ਆਪਾਂ ਤਿਲ ਸਿੱਟਦੇ ਹਾਂ ਧੂਣੀ ਦੇ ਵਿੱਚ ਮੱਥਾ ਟੇਕੀ ਦਾ ਜੀ, ਅਤੇ ਭੰਗੜਾ ਬਸ ਇਹੀ ਸਾਰੀਆਂ ਯਾਦਾਂ ਜੀ। ਹੁਣ ਕਈ ਵਾਰੀ ਹੁੰਦਾ ਕਿ ਹੁਣ ਉਹਨਾਂ ਟਾਈਮ ਨਹੀਂ ਲੱਗਦਾ ਹੈਗਾ, ਪਰ ਛੋਟੇ ਹੁੰਦੇ ਤਾਂ ਹੁੰਦਾ, ਮਤਲਬ ਹਰ ਤਿਉਹਾਰ ਦੀ ਵੇਟ ਹੁੰਦੀ ਸੀਗੀ ਕਿ ਕਦੋਂ ਲੋਹੜੀ ਆਵੇ ਫਿਰ ਹੋਲੀ ਆਵੇ, ਹੈ ਨਾ, ਸਾਰਾ ਵੇਟ ਜੀ। ਬਿਲਕੁਲ। ਅਤੇ ਭਾਅ ਜੀ ਇੱਕ ਹੋਰ ਮੈਂ ਤੁਹਾਨੂੰ ਗੱਲ ਪੁੱਛਣਾ ਚਾਹੁੰਦਾ ਕਿ ਇੰਨੇ ਤੁਸੀਂ ਫਿੱਟ ਫਾਟ ਹੋਗੇ, ਅਤੇ ਫਿਰ ਤਿਉਹਾਰਾਂ ਦਾ ਜਦੋਂ ਮੌਸਮ ਹੁੰਦਾ ਜਿਵੇਂ ਦੀਵਾਲੀ ਹੋਈ ਜਾਂ ਲੋਹੜੀ ਹੋਈ, ਉਦੋਂ ਫਿਰ ਸਵੀਟਸ ਵਗੈਰਾ ਖਾਂਦੇ ਹੋ ਤੁਸੀਂ, ਜਿਵੇਂ ਗੱਚਕ ਵਗੈਰਾ ਦਾ ਆਨੰਦ ਲੈਂਦੇ ਹੋ ਕਿ ਅਵੋਇਡ ਕਰਦੇ ਹੋ ਫਿਰ? ਨਹੀਂ, ਮਿੱਠਾ ਮੇਰੀ ਬਹੁਤ ਕਮਜ਼ੋਰੀ ਹੈ ਜੀ, ਜਦੋਂ ਡਾਈਟਿੰਗ ਚੱਲਦੀ ਹੁੰਦੀ ਹੈ ਤਾਂ ਬਾਕੀ ਜਿਹੜੀ ਫਰਾਈਡ ਚੀਜ਼ਾਂ ਹੋ ਗਈਆਂ, ਮੈਦਾ ਹੋ ਗਿਆ, ਉੱਦਾਂ ਦੀਆਂ ਚੀਜ਼ਾਂ ਮੈਂ ਅਵੋਇਡ ਕਰ ਲੈਂਦਾ, ਪਰ ਮਿੱਠੇ ਤੋਂ ਨੂੰ ਇਗਨੋਰ ਕਰਨਾ ਬਹੁਤ ਔਖਾ ਮੇਰੇ ਲਈ, ਹਾਲਾਂਕਿ ਕਰ ਲੈਂਦਾ, ਪਰ ਆਹ ਫੈਸਟੀਵਲ ਸੀਜ਼ਨ ਦੇ ਵਿੱਚ ਤਾਂ ਤੁਹਾਨੂੰ ਪਤਾ ਕਿ ਔਖਾ ਹੋ ਜਾਂਦਾ, ਹੈ ਨਾ? ਤਾਂ ਹੁਣ ਗੱਚਕ ਤਾਂ ਮੈਂ ਖਾਈ ਲੈਂਦਾ ਥੋੜ੍ਹੀ ਬਹੁਤ, ਉਹ ਵੈਸੇ ਵੀ ਕੱਚਾ ਮਿੱਠਾ ਹੁੰਦਾ ਨਾ, ਕਹਿੰਦੇ ਉਹ ਗੁੜ ਤੋਂ ਬਣਦੀ ਆ, ਵਿੱਚ ਮੂੰਗਫਲੀ ਹੁੰਦੀ ਆ, ਸੋ ਉਹ ਇੰਨੀ ਹਾਰਮਫੁਲ ਨਹੀਂ ਹੁੰਦੀ ਜਿੰਨੀ ਆਪਣੀ ਦੂਜੀ ਕੈਮੀਕਲ ਵਾਲੀ ਸ਼ੂਗਰ ਹੁੰਦੀ ਆ। ਜੀ ਬਿਲਕੁਲ, ਵੈਸੇ ਵੀ ਦੂਜੇ ਜਦੋਂ ਖਾਂਦੇ ਦੇਖਦੇ ਹਾਂ ਆਪਾਂ ਤਾਂ ਮਨ ਆਪਣੇ ਆਪ ਹੀ ਕਰ ਜਾਂਦਾ ਜੀ ਮਿੱਠਾ ਖਾਣ ਦਾ। ਇੱਕ ਵਾਰੀ ਮੂੰਹ ਨੂੰ ਲੱਗ ਗਈ ਆ, ਜੱਸੀ ਹੁਣੀ ਗਿਆ ਥੋੜ੍ਹੇ ਦਿਨ ਪਹਿਲਾਂ ਸ਼ੂਟ 'ਤੇ, ਨਹੀਂ ਤਾਂ ਅਸੀਂ ਸ਼ਾਮ ਨੂੰ ਇਕੱਠੇ ਬੈਠ ਕੇ ਐਡਾ ਐਡਾ ਢੇਰ ਲਾ ਦਿੰਦੇ ਸਾਰੇ, ਚਾਰ ਪੰਜ ਜਣੇ ਬੈਠ ਕੇ ਵੀ ਮੂੰਗਫਲੀ, ਜਦੋਂ ਇੱਕ ਵਾਰੀ ਮੂੰਹ ਨੂੰ ਲੱਗ ਗਈ ਫਿਰ ਬੰਦਾ ਕਹਿੰਦਾ ਹੁਣ ਮਕਾ ਕੇ ਹਟਾਂਗੇ, ਹੈ ਨਾ? ਕਿਆ ਬਾਤ ਹੈ ਭਾਅ ਜੀ, ਇਹ ਤਾਂ ਤੁਸੀਂ ਮੇਰੇ ਜਿਹੜੀ ਜ਼ੁਬਾਨ ਦੀ ਗੱਲ ਹੈ ਇਹ ਖੋਲ ਹੀ ਹੈ, ਅਤੇ ਤੁਸੀਂ ਕਹਿਤੀ ਹੈ, ਕਿਉਂਕਿ ਮੈਂ ਕਹਿਣ ਵਾਲਾ ਸੀ ਕਿ ਮੂੰਗਫਲੀ ਦਾ ਜਿਹੜਾ ਸਵਾਦ ਹੈ ਉਹ ਲੋਹੜੀ 'ਤੇ ਇੱਕ ਸਪੈਸ਼ਲ ਸਵਾਦ ਹੁੰਦਾ, ਅਤੇ ਗੱਚਕ ਦਾ ਜਿਹੜਾ ਸਵਾਦ ਹੁੰਦਾ ਉਹ ਸਾਰੇ ਮੰਨਦੇ ਨੇ। ਸਪੈਸ਼ਲ ਦੇਣੀ ਹੁੰਦੇ ਆ ਜੀ, ਆਹੀ ਦਿਨਾਂ ਦੇ ਵਿੱਚ ਮੂੰਗਫਲੀ ਸਵਾਦ ਲੱਗਦੀ ਹੈ, ਹੁਣ ਮਹੀਨੇ ਬਾਅਦ ਜਦੋਂ ਗਰਮੀ ਜੀ ਸ਼ੁਰੂ ਹੋ ਗਈ ਉਦੋਂ ਫਿਰ ਦੇਖਣ ਨੂੰ ਜੀ ਨਹੀਂ ਕਰਦਾ ਮੂੰਗਫਲੀ ਵੱਲ ਨੂੰ। ਸੋ ਹਰ ਤਿਉਹਾਰ ਦਾ ਜਿਹੜਾ ਸੀਜ਼ਨ ਦਾ ਆਨੰਦ ਲੈਣਾ ਚਾਹੀਦਾ ਮੈਨੂੰ ਲੱਗਦਾ ਜੀ। ਬਿਲਕੁਲ, ਇਹ ਇੱਕ ਰੁੱਤ ਦਾ ਮੇਵਾ ਹੈ, ਅਤੇ ਉਸਦਾ ਆਨੰਦ ਲੋਹੜੀ 'ਤੇ ਜਿਹੜਾ ਪੂਰਾ ਮੰਨਣਾ ਚਾਹੀਦਾ ਆਪਾਂ ਨੂੰ। ਅਤੇ ਹੋਰ ਕੁਛ ਕਹਿਣਾ ਚਾਹੋਗੇ ਭਾਅ ਜੀ? ਬਸ ਹੋਰ ਮੈਂ ਇਹੀ ਕਹਿਣਾ ਚਾਹੁੰਦਾ ਕਿ ਆਪਾਂ ਰਲ ਕੇ ਇਹਦੇ ਨਾਲ ਭੰਗੜੇ ਪਾਈਏ। ਹਾਂਜੀ ਹਾਂਜੀ, ਅਤੇ ਫਿਰ ਕਰਨੀ ਹੈ ਸ਼ੁਰੂਆਤ ਭੰਗੜੇ ਦੀ। ਤਿਆਰ ਹੋ ਬੱਬਲ ਭਾਜੀ ਨਾਲ ਭੰਗੜਾ ਸ਼ੰਗੜਾ ਪਾਉਣ ਲਈ? ਹਾਂਜੀ। ਠੀਕ ਹੈ, ਫਿਰ ਕਰੋ ਫਿਰ ਸ਼ੁਰੂਆਤ ਭੰਗੜੇ ਦੀ। ਓਕੇ, ਮੈਨੂੰ ਹੁਣ ਸਾਰੇ ਤੁਸੀਂ ਇਹ ਦੱਸੋ ਤੁਹਾਡੇ 'ਚੋਂ ਸਾਰਿਆਂ ਤੋਂ ਸੋਹਣਾ ਕੌਣ ਗਾਉਂਦਾ? ਉਹ ਮੈਂ ਨਹੀਂ, ਤੁਹਾਡੇ 'ਚੋਂ ਆ ਜਾ ਵੀ ਮਮਤਾ, ਆ ਜਾ ਪੁੱਤ, ਆ ਜਾ, ਆਪਾਂ ਫਿਰ ਦੇਖ ਟੀ ਵੀ 'ਤੇ ਆਊਗਾ ਤੇਰਾ ਗਾਣਾ। ਮੈਨੂੰ ਦੱਸ ਤੇਰਾ ਫੇਵਰੇਟ ਸਿੰਗਰ ਕੌਣ ਆ? ਜੱਸੀ ਗਿੱਲ? ਹੋਰ ਕੌਣ? ਉਹ ਗਿੱਪੀ ਭਾਜੀ। ਚੱਲ ਦੱਸ ਫਿਰ ਗਿੱਪੀ ਵੀਰੇ ਦਾ ਗਾਣਾ ਸੁਣਾ ਦੇ। ਚਲੋ ਸਾਰੇ ਤਾੜੀ ਮਾਰੋ ਆਪਣੀ ਮਮਤਾ ਲਈ। ਓਕੇ, ਚੱਲ ਕੌਰਬੀ ਦਾ ਸੁਣਾ ਦੇ। ਲਓ ਜੀ, ਅਸੀਂ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ ਛੋਟੀ ਜਿਹੀ ਮਮਤਾ, ਜੋ ਕਿ ਗਾਉਣ ਲੱਗੀ ਹੈ ਕੌਰਬੀ ਜੀ ਦਾ ਗਾਣਾ, ਜਿਹੜ ਕੇ ਸ਼ਾਰਟਲੀ ਇੱਥੇ ਪਹੁੰਚ ਰਹੇ ਆ। ਆਓ। ਸੂਟ ਪਟਿਆਲਾ ਸ਼ਾਹੀ ਅੱਤ ਲੱਗਦਾ ਅੱਤ ਲੱਗਦਾ ਏ ਪਾਇਆ ਮਸਕਾਰਾ ਨੀ, ਨੱਕ ਵਾਲੀ ਕੁੱਕੀ ਦੀ ਕਿਸੇ ਪਤੇ ਕਰਾ, ਨਖੜਾ ਜੱਟੀ ਦਾ ਬਾਲਾ ਪਾੜਾ ਏ ਵੇ, ਮੈਂ ਲੱਖਾਂ ਦੀਆਂ ਦਿਲਾਂ ਦੀ ਕਵੀ ਨੇ ਆ, ਤੇ ਕਿੰਗ ਮੇਰਾ ਤੂੰ ਮੁੰਡਿਆ, ਇੰਨੀ ਸੋਹਣੀ ਤੇ ਸੁਨੱਕੀ ਤੇਰੀ ਨਾਰਿਆਂ ਨੇ ਪੱਗਾਂ ਤੂੰ ਮੁੰਡਿਆ, ਇੰਨੀ ਸੋਹਣੀ ਤੇ ਸੁਨੱਕੀ ਤੇਰੀ ਨਾਰਿਆਂ ਨੇ ਪੱਗਾਂ ਵਾਲਾ ਤੂੰ ਮੁੰਡਿਆ। ਥੈਂਕ ਯੂ। ਵੈਰੀ ਗੁੱਡ ਬਈ, ਤਾੜੀ ਮਾਰੋ ਜ਼ੋਰ ਨਾਲ। ਤੂੰ ਬਹੁਤ ਸੋਹਣਾ ਗਾਉਣੀ ਹੈ ਬੱਚੇ, ਸ਼ਾਬਾਸ਼। ਸੁਮਨ ਦੀਦੀ ਕੌਣ ਆ ਬਈ? ਸੁਮਨ ਦੀਦੀ ਆ ਜਾਓ ਸੁਮਨ ਦੀਦੀ। ਚਲੋ ਸਾਰੇ ਤਾੜੀ ਮਾਰੋ ਸੁਮਨ ਦੀਦੀ। ਮੈਂ ਦੀਦੀ ਨਾ ਕਵਾਂ, ਮੈਂ ਕੀ ਕਵਾਂ, ਮੈਂ ਸੁਮਨ ਕਵਾਂ? ਓਕੇ ਸੁਮਨ, ਚਲੋ ਬਈ ਸੁਮਨ ਆ ਗਏ। ਸੁਣਾਓ ਬੱਚੇ, ਤੁਸੀਂ ਵੀ ਨਾਲ ਬੋਲੋ। ਹਾਂ ਮੈਂ ਸੁਣਾਉਂਗਾ। ਚਲੋ, ਅਸੀਂ ਮਿਹਨਤਾਂ ਕੀਤੀਆਂ ਤਰੱਕੀਆਂ, ਪੱਕੇ ਰੰਗਾਂ ਵਾਂਗੂ ਯਾਰੀਆਂ ਵੀ ਪੱਕੀਆਂ, ਗੱਲ ਵੱਢ ਦੇਣੀ ਆਪ ਤੋਂ ਜੇ ਵੱਡੇ ਦੀ, ਗੱਲ ਵੱਢ ਦੇਣੀ ਆਪ ਤੋਂ ਜੇ ਵੱਡੇ ਦੀ, ਇਹ ਨਾ ਸੋਚੀ ਵੈਰੀ ਵੱਢਣਾ ਨੀ ਜਾਣਦੇ, ਖੜਦੇ ਆ ਜੱਟ ਦੇ ਕੱਲੜੀ ਜਿਹਾਂ ਤੇ ਨੱਚਣਾ ਨੀ ਜਾਣਦੇ, ਯਾਰ ਔਖੇ ਵੇਲੇ ਖੜਦੇ ਆ ਜੱਟ ਦੇ ਕੱਲੜੀ ਜਿਹਾਂ ਤੇ ਨੱਚਣਾ ਨੀ ਜਾਣਦੇ। ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ ਸੋ ਮਚ, ਬਹੁਤ ਵਧੀਆ ਗਾਇਆ ਬੱਚੇ ਤੂੰ, ਸ਼ਾਬਾਸ਼। ਹੈ ਰਜਨੀ ਦੀਦੀ, ਤੈਨੂੰ ਪਤਾ ਸਾਰੀਆਂ ਦਾ ਨਾ? ਚਲੋ ਜੀ ਰਜਨੀ ਦੀਦੀ, ਰਜਨੀ ਦੀਦੀ ਕੌਣ?
ਆਓ ਜੀ ਰਜਨੀ ਦੀਦੀ ਹਾਂ ਹਾਂ ਆਪਾਂ ਸਾਰੇ ਹੈਲੋ ਕਰਾਂਗੇ ਸਾਰੇ ਫੋਟੋ ਕਰਾਵਾਂਗੇ ਟੈਨਸ਼ਨ ਨਾ ਲਓ ਪਹਿਲਾਂ ਆਪਾਂ ਗਾਣੇ ਸੁਣੀਏ ਠੀਕ ਹੈ ਆਓ ਜੀ ਚਲੋ ਰਜਨੀ ਦੀਦੀ ਲਈ ਤਾੜੀਆਂ ਇੱਕ ਵਾਰੀ ਸ਼ਾਬਾਸ਼ ਸੁਣਾਓ ਕਿਹੜਾ ਗਾਣਾ ਤੁਹਾਨੂੰ ਵਧੀਆ ਲੱਗਦਾ ਮੈਨੂੰ ਤੁਹਾਡਾ ਭਾਬੀ ਗਾਣਾ ਵਧੀਆ ਲੱਗਦਾ ਮੇਰਾ ਅੱਛਾ ਚਲੋ ਉਹ ਸੁਣਾ ਦਿਓ ਮੈਥ ਦੀ ਕਿਤਾਬ ਵਿੱਚ ਰੱਖ ਮਿੱਤਰਾਂ ਦੀ ਫੋਟੋ ਲਾਉਂਦੀ ਪੋਰ ਮੁਹਲੇ ਜੇ ਪਿਆਰ ਤੇ ਤੁਸੀਂ ਗੌਰ ਦੇ ਨਿਗਲ ਨਿਗਾ ਮਾਰੋ ਕੁੜੀ ਵੱਲ ਸੂਟ ਕੋੜੇ ਹੋਈ ਜਾਂਦੇ ਮੁਟਿਆਰ ਦੇ ਕਹਿੰਦੀ ਤੇਰੇ ਨਾਲ ਸੰਜੋਗ ਵੇ ਮੈਂ ਐਵੇਂ ਜੋੜਨੇ ਜਿਵੇਂ ਉੱਕੜੀ ਪਲਾ ਫੈਵੀਕੋਲ ਜੋੜਦਾ ਭਾਬੀ ਤੇਰੀ ਭੈਣ ਮਿਸ ਕੌਲਾਂ ਮਾਰਦੀ ਭਾਬੀ ਤੇਰੀ ਭੈਣ ਮਿਸ ਕੌਲਾਂ ਮਾਰਦੀ ਪਿੱਛੋਂ ਕੱਢੀ ਨਾ ਕਸੂਰ ਮੇਰੇ ਵੈਲੀ ਦਿਓਰ ਦਾ ਭਾਬੀ ਤੇਰੀ ਭੈਣ ਮਿਸ ਕੌਲਾਂ ਮਾਰਦੀ ਪਿੱਛੋਂ ਕੱਢੀ ਨਾ ਕਸੂਰ ਮੇਰੇ ਵੈਲੀ ਦਿਓਰ ਦਾ ਥੈਂਕ ਯੂ ਵੈਰੀ ਗੁੱਡ ਬਹੁਤ ਵਧੀਆ ਗਾਇਆ ਮੇਰੇ ਤੋਂ ਤਾਂ ਵਧੀਆ ਗਾਇਆ ਹੈਲੋ 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 ਮਨਪ੍ਰੀਤ ਮਨਪ੍ਰੀਤ ਹੁਣ ਆਪੇ ਆ ਰਹੇ ਸਾਰੇ ਨਾ ਪਹਿਲਾਂ ਕੋਈ ਨਹੀਂ ਸੀ ਆਉਂਦਾ ਚਲੋ ਵੀਰ ਜੀ ਮੈਂ ਗਾਣਾ ਗਾਉਂਗੀ ਬੱਤੀਆਂ ਬੁਝਾਈ ਰੱਖਦੀ ਓਕੇ ਬੱਤੀਆਂ ਬੁਝਾਈ ਰੱਖਦੀ ਵੇ ਬੱਤੀਆਂ ਬੁਝਾਈ ਰੱਖਦੀ ਚੰਨਾ ਦੀਵਾ ਬਲੇ ਸਾਰੀ ਰਾਤ ਵੇ ਮੇਰੇ ਆਹਣੀਆਂ ਦੀਵਾ ਬਲੇ ਸਾਰੀ ਰਾਤ ਕਾਨੂੰ ਮੈਨੂੰ ਤੰਗ ਕਰ ਦੇ ਵੇ ਕਾਨੂੰ ਮੈਨੂੰ ਤੰਗ ਕਰ ਦਾ ਵੇ ਆ ਜਾ ਉਡੀਕਾਂ ਤੇਰੀਆਂ ਵੇ ਮਾਹੀ ਮੇਰੀਆਂ ਆ ਜਾ ਉਡੀਕਾਂ ਤੇਰੀਆਂ ਮਾਹੀ ਆ ਜਾ ਚਲੋ ਤੁਹਾਡੇ ਸਾਰਿਆਂ ਦੇ ਜਿਹੜੇ ਤੁਹਾਡੇ ਦੋਸਤ ਆ ਮਤਲਬ ਸਹੇਲੀਆਂ ਉਹਨਾਂ ਨੂੰ ਡੈਡੀਕੇਟ ਕਰਕੇ ਮੈਂ ਸੁਣਾਉਣਾ ਹਨਾ ਜ਼ਿੰਦਗੀ ਦੇ ਰਸਤੇ ਤੇ ਚੱਲਦੇ ਬੜੇ ਮੁਕਾਮ ਆਉਣੇ ਆ ਪਰਖੀਆਂ ਜਾਣੀਆਂ ਯਾਰਾਂ ਦੀਆਂ ਯਾਰੀਆਂ ਪਰਖੀਆਂ ਜਾਣੀਆਂ ਯਾਰਾਂ ਦੀਆਂ ਯਾਰੀਆਂ ਬੜੇ ਇਮਤਿਹਾਨ ਹੋਣੇ ਆ ਜ਼ਿੰਦਗੀ ਦੇ ਰਸਤੇ ਤੇ ਚੱਲਦੇ ਬੜੇ ਮੁਕਾਮ ਹੋਣੇ ਆ ਬੜੇ ਲੋਕ ਮਿਲਦੇ ਨੇ ਯਾਰ ਜੋ ਕਹਾਉਂਦੇ ਨੇ ਭਾਈਆਂ ਮੈਂ ਤੇਰਾ ਇਹ ਆਖ ਜੱਫੀ ਪਾਉਂਦੇ ਨੇ ਭਾਈਆਂ ਮੈਂ ਤੇਰਾ ਏ ਆਖ ਜੱਫੀ ਪਾਉਂਦੇ ਨੇ ਪੈਗ ਵੱਟ ਯਾਰ ਜੋ ਕਰੇ ਯਾਰ ਮਾਰ ਜੋ ਉਹ ਕੀ ਦੱਸੋ ਚੁੱਲ੍ਹੇ ਪਾਉਣੇ ਆ ਜ਼ਿੰਦਗੀ ਦੇ ਰਸਤੇ ਤੇ ਚੱਲਦੇ ਬੜੇ ਮੁਕਾਮ ਆਉਣੇ ਆ ਥੈਂਕ ਯੂ ਜੀ ਥੈਂਕ ਯੂ ਤੁਸੀਂ ਜ਼ਿਆਦਾ ਸੋਹਣਾ ਗਾਉਂਦੇ ਹੋ ਤਿੰਨਾਂ ਜਣਾਂ ਜਿਹਨਾਂ ਨੇ ਨਿਹਰਾ ਰੰਗ ਅੱਖਾਂ ਦਾ ਪਟੋਲਾ ਏ ਤੂੰ ਲੱਖਾਂ ਦਾ ਤੇ ਉੱਤੋਂ ਪਾਉਂਦੀ ਬਰਬਰੀ ਦੇ ਸ਼ੇਰ ਮੁੰਡਾ ਹੈ ਨੀ ਮਰੀ ਜਾਵੇ ਨਿਹਰਾ ਰੰਗ ਪਟੋਲਾ ਏ ਤੂੰ ਉੱਤੋਂ ਪਾਉਂਦੀ ਸ਼ੇਰ ਠੀਕ ਆ ਥੈਂਕ ਯੂ ਲੋ ਜੀ ਜਸ਼ਨ ਮਨਾਇਆ ਜਾ ਰਿਹਾ ਹੈ ਲੋਹੜੀ ਦਾ ਅਤੇ ਅਸੀਂ ਮਨਾ ਰਹੇ ਹਾਂ PTC ਦੇ ਨਾਲ ਲੋਹੜੀ ਧੀਆਂ ਦੀ ਅਤੇ ਇਸੇ ਦੇ ਵਿੱਚ ਸਿਤਾਰੇ ਵੀ ਸ਼ਬਦ ਨਾਲ ਸ਼ਿਰਕਤ ਕਰ ਰਹੇ ਨੇ ਬੱਬਲ ਭਾਅ ਜੀ ਆਲਰੇਡੀ ਤੁਹਾਨੂੰ ਸਭ ਨੂੰ ਮਿਲ ਚੁੱਕੇ ਨੇ ਅਤੇ ਰੂਬਰੂ ਹੋ ਚੁੱਕੇ ਨੇ ਤੁਹਾਡੇ ਸਭ ਦੇ ਅਤੇ ਬਹੁਤ ਸਾਰੇ ਗੀਤ ਵੀ ਆਪਾਂ ਭਾਅ ਜੀ ਤੋਂ ਸੁਣੇ ਬਹੁਤ ਸਾਰਾ ਫਨ ਐਂਡ ਫਾਲਿਕ ਕੀਤਾ ਅਤੇ ਸਾਡੇ ਅਗਲੇ ਗੈਸਟ ਵੀ ਬਹੁਤ ਜਲਦੀ ਸਾਡੇ ਨਾਲ ਇਸ ਲੋਹੜੀ ਦੇ ਫੈਸਟੀਵਲ ਨੂੰ ਅਤੇ ਲੋਹੜੀ ਸੈਲੀਬ੍ਰੇਸ਼ਨ ਨੂੰ ਜੁਆਇਨ ਕਰਨ ਵਾਲੇ ਨੇ ਔਰ ਫਿਰ ਬਹੁਤ ਹੀ ਜਲਦ ਮਿਲਦੇ ਹਾਂ ਅਤੇ ਜ਼ੋਰਦਾਰ ਤਾਲੀਆਂ ਨਾਲ ਉਹਨਾਂ ਦਾ ਸਵਾਗਤ ਕਰਦੇ ਜੀ ਸਾਡੇ ਵਿਚਕਾਰ ਕੌਣ ਨੇ ਇਹ ਸਪੈਸ਼ਲ ਗੈਸਟ ਇਹ ਦੱਸੂਗਾ ਮੈਂ ਥੋੜ੍ਹੀ ਜਿਹੀ ਦੇਰ ਤੋਂ ਬਾਅਦ ਕੁੜੀਆਂ ਦੇ ਲਈ ਅੱਗੇ ਵਧਣਾ ਉਨੀ ਦੇਰ ਲਈ ਬਹੁਤ ਔਖਾ ਜਦੋਂ ਤੱਕ ਪੇਰੈਂਟਸ ਨਾਲ ਨਹੀਂ ਹੈ ਇੰਨੀ ਸੋਹਣੀ ਤੇ ਸੁਲੱਕੀ ਤੇਰੀ ਨਾਰਿਆਂ ਨੇ ਪੱਗਾਂ ਵਾਲਾ ਤੂੰ ਮੁੰਡਿਆ ਥੈਂਕ ਯੂ
ਬੋਲੀ ਕੌਰ ਬੀਜੀ ਕੱਲੋਂ। ਹਾਂਜੀ ਲਓ ਜੀ। ਨੱਚਾ 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 ਨੀ ਮੈਂ ਅੱਗ ਵਾਂਗੂ ਮਚਾਂ, ਨੱਚਾ 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 ਨੀ ਮੈਂ ਅੱਗ ਵਾਂਗੂ ਮਚਾਂ, ਦੇਵਾਂ ਗੇੜਾ ਕੁੜੀਓ ਨੀ ਮੈਂ ਨੱਚ ਨੱਚ ਪੱਟ ਦੇਵਾਂ ਵੇੜਾ ਕੁੜੀਓ, ਨੀ ਮੈਂ ਨੱਚ ਨੱਚ ਪੱਟ ਦੇਵਾਂ ਵੇੜਾ ਕੁੜੀਓ। ਕਿਆ ਬਾਤ ਹੈ ਜੀ, ਨੀ ਮੈਂ ਤੈਨੂੰ ਲੈਣ ਆ ਗਿਆ, ਤੂੰ ਲੱਗ ਬੈਠੀ ਖੂੰਜੇ, ਨੀ ਕੱਲੇ ਭੌਰ ਦਾ ਚਿੱਤ ਨੀ ਲੱਗਦਾ, ਉਹ ਕੱਲੇ ਭੌਰ ਦਾ ਚਿੱਤ ਨੀ ਲੱਗਦਾ, ਸੁਣੀ ਹਵੇਲੀ ਗੂੰਜੇ, ਨੀ ਕਿਹੜਾ ਮੇਰੇ ਭਾਂਡੇ ਮਾਂਜੂ, ਨੀ ਕਿਹੜਾ ਮੇਰੇ ਭਾਂਡੇ ਮਾਂਜੂ, ਕੌਣ ਵੇੜੇ ਨੂੰ ਹੁੰਜੇ ਲੈ ਕੇ ਜਾਊਂਗਾ, ਮੋਤੀ ਬਾਗ ਦੀਏ ਕੂੰਜੇ ਲੈ ਕੇ ਜਾਊਂਗਾ, ਮੋਤੀ ਬਾਗ ਦੀਏ ਕੂੰਜੇ ਲੈ ਕੇ ਜਾਊਂਗਾ। ਤੁਸੀਂ ਬਹਾਨੇ ਨਾਲ ਆਪਣਾ ਕੀੜਾ ਕੱਢ ਲੈ। ਹਾਂਜੀ ਭਾਜੀ, ਪੰਜਾਬੀਆਂ ਦੇ ਵਿੱਚ ਕੀੜਾ ਜਿਹੜਾ ਅੰਦਰ ਹੁੰਦਾ ਨਾ, ਬਸ ਮੌਕਾ ਮਿਲਣਾ ਚਾਹੀਦਾ ਆਪਾਂ ਨੂੰ ਕੱਢਣ ਦਾ। ਹਾਂਜੀ, ਤੇ ਮੈਮ ਹੋਰ ਤੁਸੀਂ ਕੀ ਕਹਿਣਾ ਚਾਹੋਗੇ ਸਪੈਸ਼ਲ ਲੋਹੜੀ ਦੇ ਬਾਰੇ, ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸਮਾਜ ਨੂੰ? ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਸਾਰੇ ਜਣੇ ਇੱਦਾਂ ਹੀ ਹੱਸਦੇ ਖੇਡਦੇ ਲੋਹੜੀ ਮਨਾਓ, ਅਤੇ ਵਧੀਆ ਤਰੀਕੇ ਨਾਲ ਮਨਾਓ, ਖਾਓ ਪੀਓ, ਅਤੇ ਸਾਰੇ ਜਣੇ ਇੱਕ ਦੂਜੇ ਨੂੰ ਖੁਸ਼ ਰੱਖੋ, ਸਾਰੇ ਆਪਣੇ ਪਰਿਵਾਰ ਨਾਲ ਰਲ ਕੇ ਸਾਰੇ ਜਣੇ ਮਨਾਓ, ਅਤੇ ਮਨਾਓ ਜ਼ਰੂਰ ਸਾਰੇ ਜਣੇ, ਆਪਣੇ ਬੱਚਿਆਂ ਦੀਆਂ ਤੁਹਾਡੇ ਦੀਆਂ ਜੋ ਵੀ ਖੁਆਇਸ਼ਾਂ ਨੇ, ਜੋ ਵੀ ਚਾਹੁੰਦੇ ਨੇ, ਦੱਸੋ ਤੁਸੀਂ ਸਾਰਾ ਕੁਛ ਪੂਰਾ ਕਰੋ, ਅਤੇ ਪਰਿਵਾਰ ਮੈਂ ਇਹੀ ਅਰਦਾਸ ਕਰਾਂਗੀ ਵਾਹਿਗੁਰੂ ਅੱਗੇ ਕਿ ਸਾਰਿਆਂ ਦੇ ਪਰਿਵਾਰ 'ਚ ਇਹ ਜਿਹੜੀ ਖੁਸ਼ੀ ਇੱਦਾਂ ਹੀ ਬਣੀ ਰਹੇ। ਜੀ ਬਿਲਕੁਲ, ਅਸੀਂ ਵੀ ਦੁਆ ਕਰਦੇ ਹਾਂ PTC ਦੀ ਤਰਫੋਂ ਕਿ ਸਾਰਿਆਂ ਦੇ ਪਰਿਵਾਰ ਦੇ ਵਿੱਚ ਖੁਸ਼ੀਆਂ ਦੇ ਖੇੜੇ ਹੋਣ, ਸਾਰੇ ਇਸੇ ਤਰ੍ਹਾਂ ਖੁਸ਼ੀ ਨਾਲ ਲੋਹੜੀ ਮਨਾਉਂਦੇ ਰਹਿਣ, ਅਤੇ ਅੱਜ ਅਸੀਂ ਸ਼ੁਰੂਆਤ ਕਰਦੇ ਹਾਂ ਫਿਰ ਧੀਆਂ ਦੀ ਲੋਹੜੀ ਦੀ, ਬਾਲਦੇ ਹਾਂ ਲੋਹੜੀ ਅਤੇ ਕਰਦੇ ਹਾਂ ਸ਼ੁਰੂਆਤ ਇਸ ਸਪੈਸ਼ਲ ਲੋਹੜੀ ਦੀ। ਜ਼ੋਰਦਾਰ ਤਾਲੀਆਂ ਇੱਕ ਵਾਰ ਸਾਰਿਆਂ ਦੇ ਲਈ। ਕਿਆ ਬਾਤਾਂ ਜੀ, ਕਿਆ ਬਾਤਾਂ, ਰੌਣਕਾਂ ਲੱਗੀਆਂ ਹੋਈਆਂ ਨੇ ਇੱਥੇ। ਨਾਲ ਜਿਹੜਾ ਸਰੋਂ ਦਾ ਤੇਲ ਪਾ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਲੋਹੜੀ ਨੂੰ ਬਾਲਣ ਦੀਆਂ। ਕੌਰ ਬੀ, ਸਭ ਨੂੰ ਲੋਹੜੀ ਦੀ ਬਹੁਤ ਬਹੁਤ ਮੁਬਾਰਕਬਾਦ ਜੀ, ਇੱਕ ਵਾਰ ਜ਼ੋਰਦਾਰ ਤਾਲੀਆਂ ਆਪਣੇ ਲਈ। ਕਿਆ ਬਾਤ ਹੈ, ਕਿਆ ਬਾਤ ਹੈ। ਆਉਂਦੀਆਂ ਨੇ ਲੋਹੜੀਆਂ, ਮਨਾਉਂਦੀਆਂ ਨੇ ਜੋੜੀਆਂ, ਭੈਣਾਂ ਪਈਆਂ ਗਾਉਂਦੀਆਂ, ਭਰਾਵਾਂ ਦੀਆਂ ਘੋੜੀਆਂ, ਜੋੜੀਆਂ ਦੇ ਸ਼ਗਨ ਮਨਾ। ਜਦੋਂ ਇਹ ਆਉਂਦੀ ਏ ਲੋਹੜੀ, ਬੜਾ ਜੀ ਲਾਉਂਦੀ ਏ ਲੋਹੜੀ, ਫਿਰ ਲੋਹੜੀ ਤਾਂ ਆਪਾਂ ਬਾਲ ਲਈ ਹੈ, ਤੇ ਹੁਣ ਲੋਹੜੀ ਦੇ ਚਾਰੇ ਪਾਸੇ ਆਪਾਂ ਕਰਨਾ ਡਾਂਸ। ਕੀ ਕਰਨਾ ਜੀ? ਡਾਂਸ। ਕਿਆ ਬਾਤ ਹੈ ਜੀ, ਤਿਆਰ ਹੋ ਫਿਰ ਡਾਂਸ ਕਰਨ ਲਈ? ਹਾਏ ਹਾਏ, ਹੋ ਜਾਓ ਸ਼ੁਰੂ ਫਿਰ, ਚਲੋ ਪਾਓ ਘੇਰਾ ਤੇ ਨੱਚੋ ਗਾਓ ਤੇ ਧੂਮਾ ਪਾਓ। ਗਾਣੇ ਸਰ ਤੁਸੀਂ ਸੁਣਾਓ। ਹੋਏ 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 ਹੋਏ, ਗੁੱਤਦਾ ਪਰਾਂਦਾ ਸ਼ਕੀ, ਫੜਕਣ ਨਾ ਦੇਵੇ ਚਿੜੀਆਂ, ਬੁੱਲੀਆਂ ਦਾ ਸੁਲਫੀ ਹਾਸਾ, ਲੋਰਾਂ ਜੋ ਪੰਗਦੀਆਂ ਚੜੀਆਂ, ਨਜ਼ਰਾਂ ਤੋਂ ਡਰਦੀ ਰੱਖਾਂ, ਕਰਕੇ ਬੰਦ ਬਾਰੀਆਂ, ਅੱਖਾਂ ਵਿੱਚ ਪਾਊਡਰ ਗੰਨਦਾ, ਲੋਡੜ ਦੋ ਨਾਲੀਆਂ, ਜੁੱਤੀ ਪਟਿਆਲੇ ਦੀਆ। ਕਿਆ ਬਾਤ ਹੈ ਮੈਮ, ਇਹ ਮੇਰਾ ਵਨ ਆਫ ਦਾ ਫੇਵਰੇਟ ਸੌਂਗਸ ਹੈ, ਤੇ ਇੱਕ ਹੋਰ ਬੱਬਲ ਭਾਜੀ ਦੀ ਤਰਫੋਂ ਹੋ ਜਾਏ ਜੀ। ਓ ਬਿੱਲੀ ਬਿੱਲੀ ਅੱਖ ਤੇਰੀ ਸੋਹਣੀਏ, ਜਾਂਦੀ ਆ ਯਾਰਾਂ ਦੇ ਦੁੱਖ ਤੋੜਦੀ, ਮੁੰਡਾ ਪੱਟ ਕੇ ਬੰਗਾਨਾ ਪੱਟ ਹੋਣੀਏ, ਹੁਣ ਕਾਹਤੇ ਫਿਰ ਇਹ ਮੁੱਖ ਮੋੜਦੀ, ਪਹਿਲਾਂ ਰਹਿਣ ਜੇ ਮਿਲਾ ਕੇ ਮੇਰੇ ਨੇੜੇ ਨੇੜੇ ਆ ਕੇ, ਪਹਿਲਾਂ ਰਹਿਣ ਜੇ ਮਿਲਾ ਕੇ ਮੇਰੇ ਨੇੜੇ ਨੇੜੇ ਆ ਕੇ, ਉਪਰੀ ਜੀ ਹੋ ਕੇ ਲੰਘੇ ਕੋਲਦੀ ਨੀ। ਬਿੱਲੀ ਬਿੱਲੀ ਅੱਖ ਤੇਰੀ ਸੋਹਣੀਏ, ਜਾਂਦੀ ਆ ਯਾਰਾਂ ਦੇ ਦੁੱਖ ਤੋੜਦੀ। ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ, ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ, ਇੱਕੋ ਤਵੀ ਤੇ ਉਹਦੇ ਘਰਦਾਨੀ, ਜਦੋਂ ਲੜਦਾ ਤੇ ਲਾ ਦੇ ਘਰਦਾਨੀ, ਜਦੋਂ ਲੜਦਾ ਤੇ ਲਾ ਦੇ ਘਰਦਾਨੀ, ਜਦੋਂ ਲੜਦਾ ਤੇ ਲਾ ਦੇ ਘਰਦਾਨੀ। ਹਾੜ ਜਿੰਦੜੀ ਨੀ ਮਾਏ ਮਾਈਆਂ ਨੌਕਰ ਹੋ ਗਿਆ, ਹਾਲ ਜਿੰਦੜੀ ਨੀ ਮਾਈਆਂ ਨੌਕਰ ਹੋ ਗਿਆ, ਸੱਸ ਮੇਰੀ ਮੈਨੂੰ ਝਿੜਕਾਂ ਮਾਰੇ, ਨਣਦ ਗਬੱਤੀ ਪਾਉਂਦੀ ਪਵਾੜੇ, ਜੀਣਾ ਦੁੱਬਰ ਹੋ ਗਿਆ, ਹਾਲ ਜਿੰਦੜੀ ਨੀ ਮਾਈਆਂ ਨੌਕਰ ਹੋ ਗਿਆ, ਹਾਲ ਜਿੰਦੜੀ ਨੀ ਮਾਏ ਮਾਈਆਂ ਨੌਕਰ ਹੋ ਗਿਆ। ਮੈਂ ਦੋਨੇ ਬੋਲੀਆਂ ਪਹਿਲੀ ਵਾਰ ਸੁਣੀਆਂ। ਕਿਆ ਬਾਤ ਹੈ ਜੀ, ਕਿਆ ਬਾਤ ਹੈ।
ਗਿੱਧਾ ਗਿੱਧਾ ਕਰਦੀ ਮੇਲਣੇ ਗਿੱਧਾ ਪਊ ਬਥੇਰਾ ਨੀ ਸਾਰੇ ਪਿੰਡ ਦੇ ਚੌਬਰ ਆ ਗਏ ਉਹ ਸਾਰੇ ਪਿੰਡ ਦੇ ਚੌਬਰ ਆ ਗਏ ਭਰਿਆ ਪਿੱਛੋਂ ਬਨੇਰਾ ਜੇ ਤੈਨੂੰ ਧੁੱਪ ਲੱਗਦੀ ਲੈ ਲੈ ਚਾਦਰਾ ਮੇਰਾ ਨੀ ਜੇ ਤੈਨੂੰ ਧੁੱਪ ਲੱਗਦੀ ਲੈ ਲੈ ਚਾਦਰਾ ਮੇਰਾ ਨੀ ਜੇ ਤੈਨੂੰ ਧੁੱਪ ਲੱਗਦੀ ਦੇਖ ਲਓ ਭਾਜੀ ਐਤਕੀ ਨੀ ਭੁੱਲੇ ਆਪਾਂ ਬੋਲੀ ਬਿਲਕੁਲ ਉਹ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਮੋਗਾ ਬਈ ਉਰਲੇ ਪਾਸੇ ਢਾਬ ਸੁਣੀ ਦੀ ਉਰਲੇ ਪਾਸੇ ਢਾਬ ਸੁਣੀ ਦੀ ਪਰਲੇ ਪਾਸੇ ਟੋਬਾ ਬਈ ਉੱਥੋਂ ਦਾ ਇੱਕ ਸਾਧ ਸੁਣੀ ਦਾ ਉੱਥੋਂ ਦਾ ਇੱਕ ਸਾਧ ਸੁਣੀ ਦਾ ਬੜੀ ਸੁਣੀ ਦੀ ਸੋਭਾ ਆਉਂਦੀ ਜਾਂਦੀ ਨੂੰ ਘੜਾ ਚੁਕਾਉਂਦਾ ਮਗਰੋਂ ਮਾਰਦਾ ਗੋਡਾ ਨੀ ਲੱਖ ਤੇਰਾ ਪਤਲਾ ਜਿਹਾ ਭਾਰ ਸਹਿਣ ਨਾ ਜੋਗਾ ਨੀ ਲੱਖ ਤੇਰਾ ਪਤਲਾ ਜਿਹਾ ਭਾਰ ਸਹਿਣ ਨਾ ਜੋਗਾ ਨੀ ਲੱਖ ਤੇਰਾ ਪਤਲਾ ਜਿਹਾ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਮੋਗਾ ਨਾ ਹੁਣੇ ਉੱਥੇ ਢਾਬ ਸੁਣੀ ਦੀ ਨਾ ਕੋਈ ਰਹਿ ਗਿਆ ਟੋਬਾ ਨਾ ਹੁਣੇ ਉੱਥੇ ਸਾਧ ਸੁਣੀ ਦਾ ਨਾ ਸੁਣੀ ਦੀ ਸੋਭਾ ਹੁਣ ਤਾਂ ਰਹਿ ਗਿਆ ਜੀ ਮੋਗਾ ਗੱਲਾਂ ਜੋਗਾ ਹੁਣ ਤਾਂ ਰਹਿ ਗਿਆ ਜੀ ਮੋਗਾ ਗੱਲਾਂ ਜੋਗਾ ਹੁਣ ਤਾਂ ਰਹਿ ਗਿਆ ਜੀ ਮੋਗਾ ਗੱਲਾਂ ਜੋਗਾ ਉਹ ਸੇਕ ਲੱਗਦਾ ਸਾਨੂੰ ਬਹੁਤ ਅੱਛਾ ਲੱਗਿਆ ਵੀ ਤੁਸੀਂ ਮਤਲਬ ਪੀ ਟੀ ਸੀ ਨੇ ਸਾਡੇ ਵਾਸਤੇ ਇੰਨਾ ਕਰਿਆ ਬਿਕੋਜ਼ ਸਾਡੇ ਤੋਂ ਵੈਸੇ ਅਸੀਂ ਲੋਹੜੀ ਮਨਾਉਂਦੇ ਬਟ ਲੇਕਿਨ ਸਟਾਰਸ ਦੇ ਨਾਲ ਅਸੀਂ ਫਸਟ ਟਾਈਮ ਲੋਹੜੀ ਮਨਾ ਰਹੇ ਸਾਨੂੰ ਬਹੁਤ ਅੱਛਾ ਲੱਗਿਆ ਤੁਸੀਂ ਸਾਡੇ ਵਾਸਤੇ ਮਤਲਬ ਸਾਰਾ ਇੰਨਾ ਕੁਛ ਕਰਿਆ ਵੈਰੀ ਵੈਰੀ ਥੈਂਕ ਯੂ ਫੋਰ ਦਿਸ ਸਾਨੂੰ ਬਹੁਤ ਵਧੀਆ ਲੱਗ ਰਿਹਾ ਕਿ ਆਏ ਦੀਦੀ ਹੈ ਨਾਲ ਲੋਹੜੀ ਮਨਾ ਰਹੇ ਆ ਕਿ ਦੀਦੀ ਸਾਡੇ ਨਾਲ ਬਹੁਤ ਸੈਲੀਬ੍ਰੇਟ ਕਰ ਰਹੇ ਆ ਕਿ ਇਹਨਾਂ ਵੱਧ ਤੋਂ ਵੱਧ ਸਾਡੇ ਨਾਲ ਸੈਲੀਬ੍ਰੇਟ ਕਰ ਰਹੇ ਆ ਮੈਨੂੰ ਬਹੁਤ ਅੱਛਾ ਲੱਗਾ ਸਾਰਿਆਂ ਨੂੰ ਸਾਡੇ ਨਾਲ ਅੱਜ ਅਸੀਂ ਬਹੁਤ ਖੁਸ਼ੀਆਂ ਮਨਾਈਆਂ ਹੋ ਰਿਹਾ ਕਿ ਸਾਡੇ ਵਾਸਤੇ ਬੱਬਲ ਪਾ ਵੀ ਆਇਆ ਗੋਰਬੀ ਜੀ ਆਏ ਸਾਨੂੰ ਬਹੁਤ ਬਹੁਤ ਖੁਸ਼ੀ ਹੋਈ ਅੱਜ ਗਾਣੇ ਗਾਏ ਅਸੀਂ ਖੁਸ਼ੀਆਂ ਮਨਾਈਆਂ ਉਸ ਦੇ ਲਈ ਸਾਨੂੰ ਧੰਨਵਾਦ ਥੈਂਕ ਯੂ ਜਦੋਂ ਗੋਰਬੀ ਦੀਦੀ ਆਏ ਨਾ ਤਾਂ ਬਹੁਤ ਜ਼ਿਆਦਾ ਵਧੀਆ ਲੱਗਿਆ ਕਿਉਂਕਿ ਦੀਦੀ ਨੇ ਗਾਣਾ ਵੀ ਸੁਣਾਇਆ ਆਪਣਾ ਬਹੁਤ ਜ਼ਿਆਦਾ ਹੀ ਵਧੀਆ ਲੱਗਿਆ ਭਾਈ ਬੱਬਰ ਆਏ ਗੋਰਬੀ ਨੂੰ ਮਿਲੇ ਬਹੁਤ ਖੁਸ਼ੀ ਹੋਈ ਮੈਨੂੰ ਮੇਰੇ ਦਿਲ ਕਹਿੰਦੇ ਸੀ ਕਿ ਹਾਂ ਮੈਂ ਮਿਲੂਗੀ ਹਮੇਸ਼ਾ ਅਤੇ ਮਤਲਬ ਕਿ ਮੇਰੇ ਸੁਪਨੇ 'ਚ ਮੇਰੇ ਆਹੀ ਹੁੰਦੇ ਸੀ ਕਿ ਮੈਂ ਸੁਪਨਿਆਂ 'ਚ ਮਿਲੂਗੀ ਪਰ ਸੁਪਨਿਆਂ 'ਚ ਮੈਨੂੰ ਬਹੁਤ ਸੱਚ ਹੋ ਗਏ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਇਹਨਾਂ ਨੂੰ ਮਿਲੀ ਅਤੇ ਲੋਹੜੀ ਮਨਾਈ ਇੰਨੀ ਵਧੀਆ ਮਨਾਈ ਗਿੱਧਾ ਭੰਗੜਾ ਸਾਰਿਆਂ ਨੇ ਪਾਇਆ ਰਲ ਮਿਲ ਕੇ ਲਓ ਜੀ ਫਿਰ ਲੋਹੜੀ ਦਾ ਸੈਲੀਬ੍ਰੇਸ਼ਨ ਇੱਥੇ ਹੀ ਹੁੰਦਾ ਓਵਰ ਅਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਵੀ ਪੀ ਟੀ ਸੀ ਦੇ ਨਾਲ ਇਸ ਧੀਆਂ ਦੀ ਲੋਹੜੀ ਨੂੰ ਖੂਬ ਆਨੰਦ ਮਾਣਿਆ ਹੋਣਾ ਅਤੇ ਸਾਡੇ ਦੋ ਸਿਤਾਰੇ ਉਹ ਜਾਂਦੇ ਜਾਂਦੇ ਇੱਕ ਸਪੈਸ਼ਲ ਮੈਸੇਜ ਤੁਹਾਡੇ ਸਭ ਦੇ ਲਈ ਦੇ ਕੇ ਜਾਣਾ ਚਾਹੁੰਦੇ ਨੇ ਇਸ ਲੋਹੜੀ 'ਤੇ ਜੀ ਮੈਂ ਤੁਹਾਨੂੰ ਸਾਰਿਆਂ ਨੂੰ ਲੋਹੜੀ ਦੀਆਂ ਵਧਾਈਆਂ ਦਿੰਦਾ ਪਹਿਲਾਂ ਤਾਂ ਬਹੁਤ ਅਤੇ ਫਿਰ ਤੋਂ ਇੱਕ ਵਾਰੀ ਪੀ ਟੀ ਸੀ ਦਾ ਥੈਂਕ ਯੂ ਕਰਦਾ ਕਿ ਉਹਨਾਂ ਨੇ ਸਾਨੂੰ ਇੱਥੇ ਬੁਲਾਇਆ ਅਤੇ ਇੰਨੀ ਖੁਸ਼ੀ ਹੈ ਜਿਹੜੀ ਸਾਡੀ ਝੋਲੀ ਦੇ ਵਿੱਚ ਪਾਈ ਅਤੇ ਧੰਨਵਾਦ ਮੈਮ ਤੁਸੀਂ ਵੀ ਇੱਥੇ ਆਏ ਅਤੇ ਇਹਨਾਂ ਤੁਸੀਂ ਆਪਣਾ ਇਨਵੈਲਿਊਏਬਲ ਟਾਈਮ ਜਿਹੜਾ ਹੈ ਉਹ ਸਪੇਅਰ ਕੀਤਾ ਇੱਥੇ ਆਉਣ ਲਈ ਅਤੇ ਇਸ ਲੋਹੜੀ ਦੇ ਓਕੇਜ਼ਨ ਨੂੰ ਤੁਸੀਂ ਬਹੁਤ ਗ੍ਰੇਸ ਕੀਤਾ ਥੈਂਕ ਯੂ ਸੋ ਮੱਚ ਪੀ ਟੀ ਸੀ ਦੀ ਸਾਰੀ ਟੀਮ ਦਾ ਮੈਂ ਹਮੇਸ਼ਾ ਹੀ ਥੈਂਕਸ ਕਰਦੀ ਹਾਂ ਕਿ ਉਹ ਮੈਨੂੰ ਇੰਨੇ ਲਾਇਕ ਤੁਸੀਂ ਸਮਝਿਆ ਕਿ ਮੈਂ ਅੱਜ ਇਹਨਾਂ ਨੂੰ ਸਾਰਿਆਂ ਨੂੰ ਮਿਲਾਂ ਬੱਚਿਆਂ ਨੂੰ ਅਤੇ ਥੈਂਕਸ ਪੀ ਟੀ ਸੀ ਦਾ ਅਤੇ ਨਾਲ ਹੀ ਨਾਲ ਮੁਬਾਰਕਾਂ ਸਾਰੀ ਟੀਮ ਨੂੰ ਕਿ ਜਿਹੜਾ ਇੰਨਾ ਵਧੀਆ ਉਪਰਾਲਾ ਅੱਜ ਪੀ ਟੀ ਸੀ ਕਰਕੇ ਸਾਨੂੰ ਜਿਹੜੀਆਂ ਇੰਨੀਆਂ ਰੱਬ ਵਰਗੀਆਂ ਰੂਹਾਂ ਨਾਲ ਮਿਲਣ ਦਾ ਮੌਕਾ ਮਿਲਿਆ ਸੋ ਸਾਰਿਆਂ ਨੂੰ ਜੀ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਸਾਰਿਆਂ ਨੂੰ ਖੁਸ਼ ਰੱਖੋ ਜੀ ਹਾਂ ਵਾਹਿਗੁਰੂ ਜੀ ਸਭ ਨੂੰ ਖੁਸ਼ ਰੱਖੇ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਲੋਹੜੀ ਦੀਆਂ ਇੱਕ ਵਾਰ ਫਿਰ ਬਹੁਤ ਬਹੁਤ ਮੁਬਾਰਕਾਂ ਜੀ ਹੱਸਦੇ ਰਹੋ ਗਾਉਂਦੇ ਰਹੋ ਨੱਚਦੇ ਰਹੋ ਅਤੇ ਲੋਹੜੀ ਮਨਾਉਂਦੇ ਰਹੋ